ਅਸੀਂ ਰੱਖਿਆ ਹੋਇਆ ਸਾਡੇ ਕੋਲ ਹੈਗੇ ਮੁਰਗੀਆਂ ਦੇ ਕਾਰਖਾਨੇ ਸਾਡੇ ਕੋਲ ਮੁਰਗੀਆਂ ਹੈਗੀਆਂ ਤਕਰੀਬਨ ਇੰਨੀਆਂ ਗਾ ਇਹ ਮੁਰਗੀਆਂ ਦੇ ਕਾਰਖਾਨੇ ਨਹੀਂ ਹੁੰਦੇ ਮੁਰਗੀਆਂ ਬਣਦੀਆਂ ਨਹੀਂ ਆ ਮੁਰਗੀਆਂ ਦਾ ਸ਼ੈੱਡ ਹੁੰਦਾ ਵਾ ਉਹੋ ਹੀ ਆ ਸਾਡੇ ਕੋਲ ਸ਼ੈੱਡ ਹੀ ਆ ਅੱਛਾ ਕਿੰਨੇ ਤਕਰੀਬਨ ਮੇਰਾ ਖਿਆਲ ਆ ਕਿ ਅੱਲਾ ਤੁਹਾਡਾ ਭਲਾ ਕਰੇ ਕੋਈ 200 acres ਦੇ ਵਿੱਚ ਨਾ ਠੀਕ ਹੈ ਨਾ 200 acres ਦੇ ਵਿੱਚ ਇੰਨੀ ਕੁ ਜਗ੍ਹਾ 'ਚ ਅਸੀਂ ਬਣਾਇਆ ਹੋਇਆ ਜਿਹੜੀ ਮਰਜ਼ੀ ਗੱਲ ਕਰਦੇ ਨੇ ਅਸੀਂ ਜਾਣਾ ਉਤੋਂ ਦੰਦ ਕਿਵੇਂ ਕੱਢਦਾ ਅੱਗੇ ਇਹਦਾ ਖੋਤੇ ਵਾਲਾ ਹਿਸਾਬ ਆ ਗੱਲ ਹੈ ਕਿ ਸਾਡੇ ਕੋਲ ਤਕਰੀਬਨ ਭਾਅ ਜੀ ਸਾਨੂੰ ਚਾਹੀਦੀਆਂ ਬੋਰੀਆਂ ਅੱਛਾ ਕਿੰਨੀਆਂ ਜਿਹੜੀਆਂ ਝੋਗੇ ਵਾਲੀਆਂ ਅੱਛਾ ਕਣਕ ਦੀਆਂ ਦਾਣਿਆਂ ਦੀਆਂ ਕੁੜੀਆਂ ਦਾ ਦਾਣਾ ਕੁੜੀਆਂ ਦਾ ਦਾਣੇ ਵਾਸਤੇ ਉਹ ਭਾਅ ਜੀ ਕਿੰਨੀਆਂ ਕੁ ਤੁਹਾਨੂੰ ਬੋਰੀਆਂ ਚਾਹੀਦੀਆਂ ਨੇ ਬੋਰੀਆਂ ਤਕਰੀਬਨ 1 ਬੋਰੀ ਫਿਲਹਾਲ ਦਿਓ ਨਾ ਉਹਦੇ ਵਿੱਚ ਥੋੜ੍ਹਾ ਜਿਹਾ ਇੰਨਾ ਕੁ ਸਾਨੂੰ ਉਹ ਭਾਅ ਜੀ ਅਸੀਂ ਜਾ ਕੇ ਆਪਣੇ ਕੁੜੀਆਂ ਚੈੱਕ ਕਰਾਵਾਂਗੇ ਨਾ ਨਾ ਕੁੜੀਆਂ ਤੁਹਾਡੀਆਂ ਡਾਕਟਰ ਲੱਗੀਆਂ ਭਾਅ ਜੀ ਇਹ ਬੰਦਾ ਉਹ ਆ ਇਹ ਆਪਣੇ ਮੁਲਾਜ਼ਮ ਆ ਅੱਛਾ ਠੀਕ ਹੈ ਨਾ ਠੀਕ ਆ ਅਤੇ ਮੁਲਾਜ਼ਮ ਇਹਦੇ ਕੋਲ ਹੈਗੇ ਆ ਤਕਰੀਬਨ 1, 2, 3, 4 ਮੁਲਾਜ਼ਮ ਆ ਉਹ ਸਾਰੇ ਏਸੀ 'ਚ ਬੈਠੇ ਹੁੰਦੇ ਅਤੇ ਕੰਮ ਕਰਦਾ ਹੁੰਦਾ ਉਹਨਾਂ ਦੀ ਤਨਖਾਹ ਤਨਖੂਹ ਦਹ ਤਨਖਾਹ ਦਾ ਤੈਨੂੰ ਕੀ ਦੱਸੀਏ ਉਹਨਾਂ ਦੀ ਇੱਕ ਇੱਕ ਬੰਦੇ ਦੀ ਤਨਖਾਹ ਹੈਗੀ ਆ ਤੁਹਾਨੂੰ ਕੀ ਦੱਸੀਏ ਇੱਕ 1.5-1.5 ਰੁਪਏ ਦੀ ਨਹੀਂ ਸੱਚ 1.5 ਨਹੀਂ ਯਾਰ 1.25 ਰੁਪਏ ਦੀ ਯਾਰ ਤੁਸੀਂ ਚਾਹ ਦੀ ਮੈਨੂੰ ਇਹ ਦੱਸੋ ਤੁਸੀਂ ਕਿਹੜੇ ਪਿੰਡੋਂ ਆਏ ਜੀ ਪਿੰਡੋਂ ਨਹੀਂ ਆਏ ਅਸੀਂ ਆਏ ਭਾਈ ਆ ਨਾਲ ਸਾਡਾ ਨਾ ਥੋੜ੍ਹਾ ਜਿਹਾ ਅੱਗੇ ਜਾ ਕੇ ਨਾ ਤਕਰੀਬਨ 15 ਕੁ ਪੈਲੀਆਂ ਛੱਡ ਕੇ ਅਤੇ ਸਾਡਾ ਗੋਦਾਮ ਆ ਕਾਹਦਾ ਗੋਦਾਮ ਸ਼ੈੱਡ ਆ ਸਾਡੇ ਕੋਲ ਇੰਨੀਆਂ ਸਾਰੀਆਂ ਕੁਕੜੀਆਂ ਪਈਆਂ ਇਹ ਭਾਜੀ ਮੈਨੂੰ ਲੱਗਦਾ ਤੁਸੀਂ ਕੋਈ ਕਾਰੋਬਾਰ ਨਵਾਂ ਨਵਾਂ ਸ਼ੁਰੂ ਕੀਤਾ ਕਦੇ ਤੁਸੀਂ ਕਾਰਖਾਨਾ ਕਹਿਣ ਲੱਗ ਜਾਂਦੇ ਕਦੇ ਗੋਦਾਮ ਕਹਿਣ ਲੱਗ ਕੋਈ ਇਹਨੂੰ ਕਹਿ ਖੋਤੇ ਦਾ ਨਾਕਰਾ ਚੜ੍ਹਾਈ ਜਾ ਖੋਤੇ ਦਾ ਬੱਚਾ ਵੱਜਾ ਤੇਰੇ ਕੋਲ ਹੁੰਦਾ ਕਰ ਲਾ ਤੈਨੂੰ ਤਾਂ ਸਮਝ ਹੀ ਨਹੀਂ ਲੱਗਦੀ ਤੂੰ ਉਹਦਾ ਬੱਚਾ ਉਹ ਵੀ ਮੰਨ ਗਏ ਹਾਂ ਦੇਖ ਐਵੇਂ ਖੋਤੇ ਦਾ ਬੱਚਾ ਅਗਲਾ ਚੌੜਾ ਹੋ ਕੇ ਬਹਿੰਦਾ ਭਾਈ ਜੀ ਸਾਨੂੰ ਅਸੀਂ ਉਹ ਦਿਓ ਥੋੜ੍ਹਾ ਜਿਹਾ ਚੋਗਾ ਉਹ ਯਾਰ ਤੁਸੀਂ ਅਜਾ ਮੇਰਾ ਭਰਾ ਉੱਥੋਂ ਬੋਰੀ ਦੇ ਵਿੱਚ ਮੁੱਠ ਭਰਦਾ ਲੈ ਜਾ ਇਹ ਜੇਕਰ ਪਸੰਦ ਆ ਗਿਆ ਨਾ ਸਾਨੂੰ ਲੈ ਪਸੰਦ ਆ ਗਿਆ ਤੁਸੀਂ ਕਿਹੜੀਆਂ ਕੈਨੇਡਾ ਦੇ ਵਿੱਚੋਂ ਆਪਣਾ ਮੰਗਾਈਆਂ ਵਾ ਮੇਮਾ ਉਹ ਭਾਈ ਜੀ ਅਸੀਂ ਨਾ ਹਾਲਾ ਦਾ ਬੈਠਾ ਕਾਰ ਚਲਾਉਣ ਦੇ ਆ ਉਹ ਕਾਰ ਨਹੀਂ ਚਲਾਉਣ ਡਿਆ ਉਹ ਦੱਸ ਰਿਹਾ ਵਾ ਕਿ ਅਸੀਂ ਟਰਾਲੀਆਂ ਸਟਾਉਣੀਆਂ ਮੁੜ ਕੇ ਸਾਡਾ ਬੰਦਾ ਆਏਗਾ ਸਾਈਕਲ ਲੈ ਕੇ ਅੱਛਾ ਠੀਕ ਹੈ ਨਾ ਅਤੇ ਉਹਦੇ ਮਗਰ ਟਰਾਲੀਆਂ ਤੁਸੀਂ ਲਾ ਦੇਣੀਆਂ ਉਹਦੇ ਮਗਰ ਲਾ ਦੇਣੀਆਂ ਹਾਂ ਅਤੇ ਉਹਨਾਂ ਦੀ ਪੇਮੈਂਟ ਹੈ ਉਹਦੀ ਤਾਂ ਤੂੰ ਟੈਨਸ਼ਨ ਨਹੀਂ ਨਾ ਲੈ ਯਾਰ ਭਾਈ ਮੈਂ ਟਰਾਲੀਆਂ ਉਹਦੇ ਮਗਰ ਲਾ ਦੇਵਾਂ ਪਿੱਛੋਂ ਮੁੜ ਕੇ ਪੇਮੈਂਟ ਨਾ ਆਵੇ ਭਾਜੀ ਤੁਸੀਂ ਟਰੈਕਟਰ ਨਹੀਂ ਲਾਉਣੇ ਨਾ ਨਾ ਟਰਾਲੀਆਂ ਸਾਈਕਲ ਦੇ ਮਗਰ ਲਾ ਦੇਣੀਆਂ ਧਾਗੇ ਨਾਲ ਬੰਨੀਆਂ ਹੁੰਦੀਆਂ 150 ਟਰਾਲੀ 150 ਟਰਾਲੀ ਇਹ ਭੈਣ ਤਕਰੀਬਨ ਹੈ ਨਾ 115 ਰੁਪਏ ਦੀਆਂ ਬਣਨੀਆਂ ਵਾ ਇੰਨਾ ਮਹਿੰਗਾ ਨੀ ਅਸੀਂ ਲੈਣਾ ਨਾ ਨਾ ਭਾਈ ਜੀ ਅਸੀਂ ਇੰਨਾ ਮਹਿੰਗਾ ਚੋਕਰ ਕੀ ਕਰਨਾ ਤੇਰਾ ਉਹ ਭਾਈ ਉਹ ਕੀ ਕਰਨਾ ਉਹ ਕਿੱਦਾਂ ਦੇ ਬੰਦੇ ਜੇ ਤੁਸੀਂ ਦਾਣਾ ਅਸੀਂ ਇੰਨਾ ਮਹਿੰਗਾ ਕੀ ਕਰਨਾ ਮੈਨੂੰ ਇਸ ਗੱਲ ਦਾ ਜਵਾਬ 150 ਟਰਾਲੀ ਹੈ ਤੇ ਫਿਰ ਟਰਾਲੀ ਦੇ ਹਿਸਾਬ ਨਾਲ 120 ਰੁਪਏ ਹੀ ਬਣਦੇ 150 ਟਰਾਲੀ ਦੇ ਗੱਲ ਹੈਗੀ ਹੈ ਸਾਡੇ ਕੋਲ ਗਾਵਾਂ ਮੱਝਾਂ ਵੀ ਹੈ ਠੀਕ ਹੈ ਉਹਨਾਂ ਵਾਸਤੇ ਚੋਕਰ ਵੀ ਸਾਨੂੰ ਚਾਹੀਦਾ ਉਹ ਜਿੱਦਾਂ ਤੁਸੀਂ ਦੱਸਣ ਦੇ ਇਸ ਹਿਸਾਬ ਨਾਲ ਤਾਂ ਭਾਅ ਜੀ ਤੁਹਾਡੇ ਕੋਲ ਗਾਵਾਂ ਮੱਝਾਂ ਜਿਹੜੀਆਂ ਨਾ ਮੱਝ ਤੁਹਾਡੇ ਕੋਲ ਹੋਣੀ ਆ ਕੋਈ
दस क बनाईया हुई दीवार चोकर भी पाना नहीं नहीं चुंदा नहीं गा चुंदा नहीं उन्होंने नहीं सिर्फ थापी थूपी दे के पास आ जाता जेड़ा दुध आ बारो मंगा के ना उन्होंने नाल ला के बस लै आ बारह तेरह मझा बारह तेरह मझा उन्होंने दुध तकरीबन बनता वा कोई दो को वे जो कह होंगे ना एकड़ देखा कदी भाई दा 200 एकड़ जगह वा जिदा भाई तुसी गणाउंदे ना या दसंदे हो ए मन लगदा तुसी ना ओ दावड़ा वेख्या मिट्टी चुकण वाला हां ओ मन लगदा ओही इहने भाई ने 200 दावड़ा चुक के छत सुते आणा वा ते ओ कहंदा आणा कि मेरा 200 एकड़ 200 एकड़ उनी एकड़ कही जांदा आणा दावड़ा तो रोज मिट्टी सुटदा गोया सुटदा खोता जो मैं ते फिर एही कुछ करना हैं जे अगर ना आया तो समझ लो के इना के सानू होर चाहिदा फिर ठीक है ना छापर चल जांदा हुण चंगा लगदा यार चल तू एदा करी तू ना रख दिया करी काला छापर रख दिया करा ना पता लगूगा किसे नूं हां कवि चौधरी चौधरी मंगदा वा ते चार उहदे चूचे आ तकरीबन फ्री है क्यों क्योंकि ना उन्हें अंडा देना दे, ना उन्हें तुहानू कुछ देना लेना एक ही तुहानू अंडा आउंदा होना ते तुसी किन्ने भरा जे ए मेरा ख्याल आ के 10 भरा वा ते 10 रुपए का आंडा वा सी वेखदा होना वा ते यानी के 10 भरा ₹100 रखदे सारी दिहाड़ी इन्नी सारी पेमेंट कल्ले बंदे कोल जा जांदी है की होया ते जिदन मुर्गी नागा कर जांदी होए ओदन ते भुक्के मर जाणगे लै चंगा रिया ओ यार तैनू दस्या ओए ओदियां मिलां चलदियां अगले दियां आ लूमा जिहड़ियां लूमा एरिया देखिया आहो आ फैजाबाद हां ओ विच इक इक एरिया दे विच इक लूमा अगले दी